ਮਿਤੀ 18/9/24 ਨੂੰ ਸਾਨੂੰ ਇੱਕ ਰਜੇਸ਼ ਕੁਮਾਰ ਨਾਂ ਦੇ ਵਿਅਕਤੀ ਨੇ ਬਿਆਨ ਲਿਖਾਇਆ ਆਪਦਾ ਵੀ ਮੈਂ ਉਹ ਸ਼ਮਸ਼ੇਰ ਖਾਨ ਉਹਦਾ ਦੋਸਤ ਹੈ ਦੁਨੇ ਕਿ ਉਹਦੀ ਪੰਜਾਬ ਮੈਡੀਕਲ ਸਟੋਰ ਹੈ ਉੱਥੇ ਬੈਠਾ ਸੀ ਅਤੇ ਮੇਰੀ ਕੁੱਟਮਾਰ ਹੋਈ। ਵੇਰੀਫਾਈ ਕਰਨ 'ਤੇ ਪਤਾ ਲੱਗਿਆ ਵੀ ਉਹਦੀ ਦੁਕਾਨ 'ਤੇ 4 ਵਿਅਕਤੀ ਆਏ ਮੂੰਹ ਬੰਨ ਕੇ, ਜਿਨ੍ਹਾਂ ਕੋਲ ਕਿਰਪਾਨ, ਗੰਡਾਸੀ ਜਿਹਦੇ 'ਤੇ ਮੋਟਰਸਾਈਕਲ ਦੀ ਗਰਾਰੀ ਫਿੱਟ ਕੀਤੀ ਹੋਈ ਸੀ, ਅਤੇ ਬੇਸਬਾਲ। ਉਹ ਤਿੰਨਾਂ ਹਥਿਆਰਾਂ ਨਾਲ ਉਹਦੀ ਕੁੱਟਮਾਰ ਕੀਤੀ ਕਾਫੀ ਜ਼ਿਆਦਾ, ਅਤੇ ਉਸ ਤੋਂ ਬਾਅਦ ਗੱਲੇ 'ਚੋਂ ਪੈਸੇ 6,000 ਰੁਪਈਆ ਲੁੱਟ ਕੇ ਲੈ ਗਏ। ਬੇਸਿਕਲੀ ਉਹਨਾਂ ਨੂੰ ਇਹ ਉਮੀਦ ਸੀ ਕਿ ਇੱਥੇ 2-2.5 ਲੱਖ ਰੁਪਈਆ, ਜਿਹੜਾ ਕਿਸੇ ਨੇ ਉਹਨਾਂ ਨੂੰ ਕਿਹਾ ਸੀ ਵੀ 2-2.5 ਲੱਖ ਰੁਪਈਆ ਇੱਥੇ ਹੋਊਗਾ, ਅਤੇ ਉਹ ਇਸ ਨੀਤ ਨਾਲ ਆਏ ਸੀ। ਜਿਹੜਾ ਜਿਸ ਬੰਦੇ ਨੇ ਉਹਨੂੰ ਕਿਹਾ ਸੀ, ਵਿਜੇ ਕੁਮਾਰ, ਉਹਦਾ ਨਾਮ ਵਿਜੇ ਕੁਮਾਰ ਅਰੋੜਾ ਅਲੀਅਸ ਵਿੱਕੀ ਹੈ। ਇਹ ਸ਼ਮਸ਼ੇਰ ਅਤੇ ਵਿੱਕੀ ਦੋਨੇ ਪਹਿਲਾਂ ਕਿਤੇ ਇਕੱਠੇ ਕੰਮ ਵੀ ਕਰਦੇ ਰਹੇ ਆ, ਇਸ ਕਰਕੇ ਉਹਦੀ ਜਾਣਕਾਰੀ ਉਹਨੂੰ ਕਾਫੀ ਜ਼ਿਆਦਾ ਸੀ। ਪਰ ਬਦਕਿਸਮਤੀ ਨਾਲ ਉਹਨਾਂ ਕੋਲ ਉੱਥੇ ਉਨੇ ਪੈਸੇ ਹੈ ਨਹੀਂ ਸੀ, ਪਰ ਕੁੱਟਮਾਰ ਉਹਦੀ ਜਗ੍ਹਾ ਰਜੇਸ਼ ਕੁਮਾਰ ਦੀ ਹੋ ਗਈ। ਜਦੋਂ ਇਹ ਵਾਰਦਾਤ ਤੋਂ ਬਾਅਦ ਸਾਡੇ ਮਾਨਯੋਗ SSP ਸਾਹਿਬ ਡਾਕਟਰ ਅੰਕੁਰ ਗੁਪਤਾ ਜੀ ਨੇ ਸਾਡੀਆਂ ਟੀਮਾਂ ਬਣ ਤਿਆਰ ਕੀਤੀਆਂ। ਟੀਮਾਂ ਦੇ ਆਧਾਰ 'ਤੇ ਅਸੀਂ ਅੱਡ ਅੱਡ ਤਰੀਕੇ ਨਾਲ ਆਪਣਾ ਵੀਡੀਓ CCTV ਚੈੱਕ ਕੀਤੇ, ਅਤੇ ਹੋਰ ਹਿਊਮਨ ਸੋਰਸ ਤੋਂ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਲਾਈ। ਉਹਦੇ ਆਧਾਰ 'ਤੇ ਸਾਨੂੰ ਪਤਾ ਲੱਗਿਆ ਵੀ ਜਿਹੜੇ ਇੱਥੇ 4 ਬੰਦੇ ਆਏ ਸੀ ਉਹ ਸੀਗੇ ਵਿਜੇ ਕੁਮਾਰ ਏਲੀਅਸ ਕੇਲਾ ਲੰਡੇਕੇ ਦਾ, ਸੁਖਦੇਵ ਸਿੰਘ ਏਲੀਅਸ ਸਕੈਬੀ ਇਹ ਵੀ ਤਲਵੰਡੀ ਭੰਗੇਰੀਆਂ ਦਾ, ਜਸਪ੍ਰੀਤ ਸਿੰਘ ਏਲੀਅਸ ਜੱਜੀ ਇਹ ਵੀ ਲੰਡੇਕੇ ਦਾ, ਰਣਜੋਧ ਏਲੀਅਸ ਆਕਾਸ਼ ਏਲੀਅਸ ਭੱਲਾ ਇਹ ਵੀ ਲੰਡੇਕਿਆਂ ਦਾ ਸੀ। ਇਹ 3 ਲੰਡੇਕੇ ਦੇ, 1 ਤਲਵੰਡੀ ਭੰਗੇਰੀਆਂ ਦਾ ਸੀ। ਇਹਨਾਂ 4 ਨੇ ਇੱਥੇ ਮੂੰਹ ਮੰਨ ਕੇ ਆ ਕੇ ਕੁੱਟਮਾਰ ਕੀਤੀ ਸੀ ਲੁੱਟਣ ਦੀ ਨੀਅਤ ਨਾਲ, ਜਿਨ੍ਹਾਂ 'ਚੋਂ 2 ਨੂੰ ਅਸੀਂ ਮਿਤੀ 21/9/24 ਨੂੰ ਜਸਪ੍ਰੀਤ ਅਤੇ ਰਣਜੋਧ ਨੂੰ ਗ੍ਰਿਫਤਾਰ ਕੀਤਾ, ਅਤੇ 22/9 ਨੂੰ ਵਿਜੇ ਕੁਮਾਰ ਅਤੇ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ। ਜਿਹੜਾ 5ਵਾਂ ਵਿਅਕਤੀ ਇਸ ਸਾਰੀ ਸਾਜਿਸ਼ ਦਾ ਜਿਹਨੇ ਘੜੀ ਹੈ, ਵਿਜੇ ਕੁਮਾਰ, ਉਹ ਹਜੇ ਫਰਾਰ ਹੈ, ਅਤੇ ਉਹਦੇ ਲਈ ਅਸੀਂ ਆਪੋ ਆਪਣੀਆਂ ਟੀਮਾਂ ਜਿਹੜੀਆਂ ਉਹਦੇ ਮਗਰ ਹੈ, ਜਲਦੀ ਇਹਨੂੰ ਗ੍ਰਿਫਤਾਰ ਕਰ। ਗੱਲੇ 'ਚੋਂ 6,000 ਰੁਪਈਆ ਸੀ ਅਤੇ 1 ਮੋਬਾਈਲ ਫੋਨ ਸੀ। ਮੋਬਾਈਲ ਫੋਨ ਉਹਨਾਂ ਇਸ ਡਰ ਤੋਂ ਵੀ ਸਾਡੀ ਲੋਕੇਸ਼ਨ ਨਾ ਇੱਥੋਂ ਟਰੇਸ ਹੋ ਜਾਵੇ, ਉਹਨਾਂ ਨੇ ਤੋੜ ਕੇ ਜੀਰਾ ਰੋਡ ਤੋਂ ਜਿਹੜੀ ਲੁਹਾਰਾ ਰੋਡ ਦੇ ਵਿਚਾਲੇ ਨਹਿਰ ਹੈ ਉੱਥੇ ਕਿਤੇ ਤੋੜ ਭੰਨ ਕਰਕੇ ਸਿੱਟਤਾ, ਅਤੇ ਉੱਥੋਂ ਹੀ ਸਾਨੂੰ ਤਲਵਾਰ, ਗੰਡਾਸੀ ਬਰਾਮਦ ਹੋਈ ਹੈ। ਜਿਹੜਾ 3ਜਾ ਬੇਸਬਾਲ ਸੀ ਉਹ ਉੱਥੇ ਦੁਕਾਨ 'ਚ ਹੀ ਟੁੱਟ ਗਿਆ ਸੀ ਅਤੇ ਉੱਥੇ ਹੀ ਸਿੱਟ ਗਏ ਸੀ, ਉਹ ਸਾਨੂੰ ਉੱਥੋਂ ਬਰਾਮਦ ਹੋਈ। ਬੈਕਗਰਾਊਂਡ 'ਤੇ ਕੋਈ ਮੁਕੱਦਮਾ ਫਿਲਹਾਲ ਨਹੀਂ ਦਰਜ ਹੈਗਾ। ਇਹ ਪਹਿਲੀ ਵਾਰ ਜਿਹੜਾ ਵਿਜੇ ਕੁਮਾਰ ਏਲੀਅਸ ਵਿੱਕੀ ਦੇ ਝਾਂਸੇ 'ਚ ਆ ਕੇ ਵੀ ਉੱਥੇ 2-2.5 ਲੱਖ ਹੋਊਗਾ, ਅਤੇ ਉਹਦੇ ਲਾਲਚ 'ਚ ਇਹਨਾਂ ਨੇ ਉੱਥੇ ਵਾਰਦਾਤ ਕੀਤੀ। ਜੀ ਰਿਮਾਂਡ ਕਿੰਨਾ ਮਿਲੇ? 2 ਦਿਨ ਦਾ ਪਹਿਲਾਂ, 1 ਦਿਨ ਦਾ, ਟੋਟਲ 3 ਦਿਨ ਦਾ ਰਿਮਾਂਡ ਹੈ। ਸਰ ਇਹਨਾਂ ਨੇ ਜਿਹੜੀ ਲੁੱਟ ਕੀਤੀ ਸੀਗੀ ਉੱਥੇ ਮੈਡੀਕਲ ਸਟੋਰ 'ਤੇ 4 ਜਣੇ ਨੇ, ਜਿਹੜਾ 5ਵਾਂ ਵਿਜੇ ਉਰਫ ਵਿੱਕੀ ਸੀ ਇਹ ਆਪਸ 'ਚ 5 ਨੇ ਸ਼ੇਅਰ ਕਰਕੇ ਪੈਸੇ ਖਰਚ ਕੀਤੇ ਆ ਕਿ ਇਹਨਾਂ 4 ਨੇ ਖਰਚ ਕੀਤੇ? 6,000 ਰੁਪਈਆ ਸੀ ਉਹ ਇਹਨਾਂ 4 ਕੋਲ ਸੀ, ਹਜੇ 5ਵੇਂ ਤੱਕ ਤਾਂ ਪਹੁੰਚੇ ਨਹੀਂ, ਉਦੋਂ ਪਹਿਲਾਂ ਅਸੀਂ ਗ੍ਰਿਫਤਾਰ ਕਰ ਲਏ, ਉਹ ਇਹਨਾਂ ਨੇ ਉਦੋਂ ਖਰਚ ਖੁਰਚ ਲਏ। ਜਿਹੜੀ 4 ਰੁਪਈ ਕੀ ਕੰਮ ਕੀ ਕਰਦੇ? ਇਹ ਅੱਡ ਅੱਡ ਤਰ੍ਹਾਂ ਦੇ ਕੰਮ ਹੈ ਇਹਨਾਂ ਦੇ, ਕੋਈ ਪੱਕਾ ਕੰਮ ਨਹੀਂ, ਜ਼ਿਆਦਾਤਰ ਇਹ ਬਾਊਂਸਰ ਦੇ ਤੌਰ 'ਤੇ ਅੱਡ ਅੱਡ ਫੰਕਸ਼ਨਾਂ 'ਚ ਜਾਂਦੇ। ਦਾਰੂ ਪੀਤੀ ਇਹਨਾਂ ਨੇ ਜਾਂ ਕੋਈ ਪਿੰਟਾਂ ਪੁੰਟਾਂ ਖਰੀਦ ਲਈਆਂ?